ਭੈਣਾਂ ਜਿਹਾ ਪਿਆਰ ਨਾ ਜੱਗ ਤੇ, ਭਾਈਆਂ ਜਿਹਾ ਜੋਰ ਨਹੀਂ, ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ। ਗੁਰਮੁਖੋ, ਸੁੱਖਾਂ ਦੇ ਵਿੱਚ ਹਜ਼ਾਰਾਂ ਲੋਕ ਅੱਗੇ ਬੇਲੀ ਬਣਦੇ ਨੇ, ਪਰ ਦੁੱਖ ਦੇ ਵਿੱਚ ਅਸਲੀ ਦਿਲਦਾਰਾਂ ਨੇ ਖੜਨਾ। ਦੁਨੀਆਂ ਵਿੱਚ ਜੇ ਦੁਨੀਆਂ ਵਿੱਚ ਸਭ ਤੋਂ ਪਾਕ ਤੇ ਪਵਿੱਤਰ ਚੀਜ਼ ਹੈ, ਉਹ ਹੈ ਮੁਹੱਬਤ, ਉਹ ਹੈ ਪਿਆਰ। ਸਿਦਕੀ ਤੇ ਬਹਾਦਰ ਜਿਹੜੇ ਯੋਧੇ ਬੰਦੇ ਆ, ਉਹ ਨਾ ਬਚਨਾਂ ਤੋਂ ਟਰਦੇ ਆ ਤੇ ਆਪਣੇ ਧਰਮ ਸਿਦਕ ਦੀ ਖਾਤਰ ਜਿੰਦ ਜਾਨ ਦੇ ਦਿੰਦੇ ਆ। ਜੇ ਕਿਤੇ ਮੌਕਾ ਕੇਰਾ ਖੁੰਝ ਜੇ, ਮੁੜ ਕੇ ਹੱਥ 'ਚ ਆਉਣਾ ਮੁਸ਼ਕਲ ਹੈ। ਚੁਗਲ, ਟੌਟ ਤੇ ਫੁਕਰਾ ਬੰਦਾ, ਇਸ ਬੰਦੇ ਦੀ ਜ਼ਿੰਦਗੀ ਬਹੁਤ ਥੋੜ੍ਹੀ ਹੁੰਦੀ ਹੈ। ਮਿੱਠਾ ਬੋਲ ਕੋਇਲ ਵਰਗਾ, ਸਿਰ ਤੇ ਛਾਂ ਹੋਵੇ ਬਾਪੂ ਵਰਗੀ, ਤੇ ਮਮਤਾ ਹੋਵੇ ਕਿਤੇ ਮਾਂ ਵਰਗੀ, ਭੈਣਾਂ ਵਰਗੀ ਪਵਿੱਤਰ ਚੀਜ਼, ਪਵਿੱਤਰ ਰਿਸ਼ਤਾ ਜਿਹੜਾ ਹਜ਼ਾਰਾਂ ਰਿਸ਼ਤਿਆਂ ਨੂੰ ਜਨਮ ਦਿੰਦਾ, ਉਹਨਾਂ ਬਗੈਰ ਰਿਸ਼ਤਿਆਂ ਦੀ ਡੋਰ ਨਹੀਂ ਪੂਰੀ ਹੁੰਦੀ। ਸੌਂਕਣ, ਗਦਾਰ ਤੇ ਸ਼ਰੀਕਾ, ਇਹ ਜਿੱਤੀ ਹੋਈ ਬਾਜ਼ੀ ਹਰਾ ਦਿੰਦੇ ਨੇ। ਬੰਦਿਆਂ ਨੂੰ ਅਲਰਟ ਹੋਣਾ ਚਾਹੀਦਾ। ਸੁਣੋ ਸੁਖਰਾਜ ਸਿੰਘ ਮੱਲਿਆਣੇ ਵਾਲੇ ਜਥੇ ਤੋਂ, ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ। ਭੈਣਾਂ ਜਿਹਾ ਪਿਆਰ ਨਾ ਜੱਗ ਤੇ, ਭਾਈਆਂ ਜਿਹਾ ਜੋਰ ਨਹੀਂ, ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ। ਮਾਪਿਆਂ ਦੀ ਸੇਵਾ ਵਰਗਾ ਥਾਂ ਵਿੱਚ ਬਣਦੇ ਆ ਕੇ ਬੇਲੀ ਹਜ਼ਾਰਾਂ ਨੇ, ਬਿਪਤਾ ਵਿੱਚ ਖੜਨਾ ਆਖਰ ਅਸਲੀ ਦਿਲਦਾਰਾਂ ਨੇ। ਦੁਨੀਆਂ ਤੇ ਪਾਕ ਮੁਹੱਬਤ ਵਰਗੀ ਕੋਈ ਡੋਲ ਨਹੀਂ, ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ। ਮਾਪਿਆਂ ਦੀ ਸੇਵਾ ਵਰਗਾ ਨਾ ਬੋਲ ਡੋਲਦਾ ਫੁਰਤੀ ਨਾ ਕਾਂ ਵਰਗੀ, ਸਿਰ ਤੇ ਛਾਂ ਬਾਪੂ ਵਰਗੀ, ਮਮਤਾ ਨਾ ਮਾਂ ਵਰਗੀ, ਤੇਈਆਂ ਬਿਨ ਪੂਰੀ ਹੁੰਦੀ ਰਿਸ਼ਤਿਆਂ ਦੀ ਡੋਲ ਨਹੀਂ। ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ, ਮਾਪਿਆਂ ਦੀ ਸੇਵਾ ਵਰਗਾ। ਉਹ ਸਿਦਕੀ ਬਹਾਦਰ ਯੋਧੇ ਹਰ ਜਾਨ ਤੋਂ ਡਰਦੇ ਨਾ, ਸੱਚੇ ਤੇ ਧਰਮੀ ਬੰਦੇ ਬਚਨਾਂ ਤੋਂ ਹਲਦੇ ਨਾ, ਦੇਸ਼ ਤੇ ਦੁਖੀਆਂ ਖਾਤਰ ਲੜਦੇ ਕਮਜ਼ੋਰ ਨਹੀਂ। ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ, ਮਾਪਿਆਂ ਦੀ ਸੇਵਾ ਵਰਗਾ ਵਰਗਾ ਦਾਲ ਸਰੀਕਾ ਜਿੱਤੀ ਹਾਰਾ ਦਿੰਦੇ, ਕਰਜ਼ਾ ਤੇ ਨਸ਼ਾ ਬਿਮਾਰੀ ਜ਼ਿੰਦਗੀ ਕੱਢਾ ਦਿੰਦੇ, ਘਰ ਦੇ ਵਿੱਚ ਲਾਉਣੇ ਚੰਗੇ ਬੇਰੀ ਤੇ ਹੋਰ ਨਹੀਂ। ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ, ਮਾਪਿਆਂ ਦੀ ਸੇਵਾ ਵਰਗਾ। ਉਹ ਮੌਕਾ ਜੇ ਖੁੰਝ ਜੇ ਕੇਰਾ, ਮੁੜ ਕੇ ਫਿਰ ਆਉਂਦਾ ਨਾ, ਚੁਗਲੀਆ ਟੌਟ ਤੇ ਹੁਕਰਾ ਬਹੁਤਾ ਚਿਰ ਜਿਉਂਦਾ ਨਾ, ਪਰਦਾ ਕੱਜ ਲਈਏ ਕਿਸੇ ਦਾ ਪਾਈ ਦਾ ਸ਼ੋਰ ਨਹੀਂ। ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ, ਮਾਪਿਆਂ ਦੀ ਸੇਵਾ ਵਰਗਾ ਧਰਮ ਤੇ ਇੱਜ਼ਤ ਵਾਲੀ ਧੀ ਹੈ ਘਰਾਣੇ ਦੀ, ਸੱਚੀ ਜਿਹੀ ਗੱਲ ਹੁੰਦੀ ਹੈ ਕਾਕੇ ਮਲਿਆਣੇ ਦੀ, ਕਿਸੇ ਦਾ ਬੁਰਾ ਤਕਾਉਂਦੇ ਸਾਧੂ ਤੇ ਨੋਰ ਨਹੀਂ। ਮਾਪਿਆਂ ਦੀ ਸੇਵਾ ਵਰਗਾ ਤੀਰਥ ਕੋਈ ਹੋਰ ਨਹੀਂ, ਮਾਪਿਆਂ
9 94 657 1464 ਇਸ ਨੂੰ ਵੱਧ ਤੋਂ ਵੱਧ ਸਪੋਰਟ ਕਰੋ।